ਰਜੀਮ ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕੁਮ ਦੋਸਤੋ, ਤੁਸੀਂ ਦੇਖ ਰਹੇ ਹੋ ਉਕਾੜਾ ਐਨੀਮਲ ਟੀਵੀ ਅਤੇ ਮੈਂ ਤੁਹਾਡਾ ਦੋਸਤ ਰਾਏ ਅਲੀ। ਦੋਸਤਾਂ ਦੇ ਵਾਸਤੇ ਕੋਸ਼ਿਸ਼ ਕਰੀਦੀ ਹੈ, ਮਿਹਨਤ ਕਰੀਦੀ ਹੈ, ਸਫ਼ਰ ਕਰੀਦਾ ਹੈ ਕਿ ਦੋਸਤਾਂ ਵਾਸਤੇ ਅੱਛੇ ਤੋਂ ਅੱਛੇ ਜਾਨਵਰ ਲੈ ਕੇ ਆਈਏ। ਅੱਜ ਅਸੀਂ ਪਹੁੰਚੇ ਹਾਂ ਦੋਸਤੋ, ਖਾਸ ਨੀਲੀ ਦਾ ਇਲਾਕਾ ਹੈ, ਆਰਿਫ ਆਲਾ ਦਾ ਜ਼ਿਲ੍ਹਾ ਪਾਕ ਪਤਨ, ਪਿਓਰ ਨੀਲੀ ਦਾ ਇਲਾਕਾ ਹੈ। ਦੋ ਝੋਟੀਆਂ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਵੀਡੀਓ ਦੇਖਣ ਤੋਂ ਪਹਿਲੇ ਇੱਕ ਛੋਟੀ ਜਿਹੀ ਰਿਕੁਐਸਟ, ਆਪਣੇ ਇਸ ਚੈਨਲ ਨੂੰ ਕਰਨਾ ਹੈ ਸਬਸਕ੍ਰਾਈਬ, ਨਾਲ ਹੀ ਲੱਗਿਆ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰਨਾ ਹੈ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਮੇਰੇ ਭਰਾਵਾਂ ਤੱਕ ਬਆਸਾਨੀ ਪਹੁੰਚੇ ਔਰ ਉਹ ਜਾਨਵਰ ਖਰੀਦ ਸਕਣ। ਵੀਡੀਓ ਬਹੁਤ ਹੀ ਲੰਬੀ ਨਹੀਂ ਆਪਾਂ ਕਰਨੀ, 2 ਤੋਂ 3 ਮਿੰਟ ਦੀ ਵੀਡੀਓ ਬਣਾਵਾਂਗੇ ਇਨਸ਼ਾਅੱਲਾ। ਉਹਦੇ ਵਿੱਚ ਜਾਨਵਰਾਂ ਦੇ ਬਾਰੇ ਸਾਰਾ ਪੁੱਛਾਂਗੇ। ਹੁਣ ਮਿਲਦੇ ਹਾਂ ਮਾਲਕ ਨੂੰ ਅਤੇ ਕਰਾਂਗੇ ਉਹਨਾਂ ਨਾਲ ਗੱਲਾਂ। ਬ੍ਰੇਕ ਲਾ ਲਓ ਇੱਕ ਬਾਬਾ ਜੀ। ਵਾਲੇਕੁਮ ਬਾਬਾ ਜੀ, ਕੀ ਹਾਲ ਨੇ? ਥੋੜ੍ਹਾ ਨੇੜੇ ਆ ਜਾਓ ਤਾਂ ਉੱਚੀ ਥੋੜ੍ਹਾ ਬੋਲਣਾ। ਕਿੰਨੇ ਜਾਨਵਰ ਨੇ? 3। ਵੇਚਣੇ ਕਿੰਨੇ ਨੇ ਤੁਸੀਂ? 3 ਵੇਚਣੇ ਨੇ, ਬਾਕੀ ਆ ਹੈਨ 8-9 ਜਾਨਵਰ। ਸਹੀ ਸਹੀ, ਨੰਬਰ ਦਿਓ ਆਪਦਾ। ਨੰਬਰ 300 0303 0305 58 477। 0303 95 58 477। ਇਹ ਬਾਬਾ ਜੀ ਦਾ ਲੋਕਲ ਨੰਬਰ ਹੈ, ਵਟਸਐਪ ਨੰਬਰ ਹੈ ਇਸ ਨੰਬਰ ਤੱਕ? ਨਹੀਂ, ਵਟਸਐਪ ਨੰਬਰ ਹੋਰ ਹੈ। ਵਟਸਐਪ ਨੰਬਰ ਹੋ ਰਿਹਾ, ਉਹ ਬੋਲ ਦਿਓ ਤੁਸੀਂ ਆਪਣਾ ਵਟਸਐਪ ਨੰਬਰ। 0317 74 53 257। 0317 74 53 257। ਹਾਂਜੀ, ਇਹ ਵਟਸਐਪ ਨੰਬਰ ਜੀ। ਹੁਣ ਦਿਖਾਉਂਦੇ ਹਾਂ ਤੁਹਾਨੂੰ ਜਾਨਵਰ, ਬਕਾਇਆ ਮਾਲਕ ਨਾਲ ਗੱਲਾਂ ਕਰ ਰਹੇ ਹਾਂ ਜੀ। ਲੈ ਕੇ ਚਲੋ ਜੀ ਪਹਿਲੇ ਨੰਬਰ 'ਤੇ। ਇਹ ਦੋਸਤੋ ਪਹਿਲੇ ਨੰਬਰ 'ਤੇ ਝੋਟੀ ਹੈ, ਬਕਾਇਆ ਗੱਲਾਂ ਆਪਾਂ ਬਾਬਾ ਜੀ ਕੋਲੋਂ ਪੁੱਛਾਂਗੇ। ਬਾਬਾ ਜੀ ਆਪੇ ਦੱਸਣਾ ਤੁਸੀਂ, ਮੈਨੂੰ ਨਹੀਂ ਇਹਨਾਂ ਦੇ ਬਾਰੇ ਇੰਨਾ ਪਤਾ ਹੈ। ਦੂਸਰਾ ਵਾਰਾ ਸੂਈ ਹੋਈ ਹੈ ਜੀ, ਜੀ ਜੀ ਬਿਲਕੁਲ ਅਸੀਲ ਹੈ। ਪਹਿਲਾ ਸੂਆ ਪੀਤਾ ਬਿਲਕੁਲ ਦੁੱਧ ਮਾਸ਼ਾਅੱਲਾ ਬੜਾ, 8 ਗੱਡੀਆਂ ਛੱਡ ਕੇ ਥੋੜੀ ਟੋਰੋ ਯਾਰ, ਛੱਡ ਕੇ ਥੋੜੀ ਟੋਰੋ। ਹੁਣ ਮਾਸ਼ਾਅੱਲਾ ਫੇਰ ਸੂਈ ਹੈ, ਟਾਈਮ ਦਾ ਇੱਕ ਟਾਈਮ ਦਾ 8 ਗੱਡੀਆਂ, ਦੋਵਾਂ ਟਾਈਮਾਂ ਦਾ 16 ਕਿਲੋ। ਠੀਕ ਹੈ ਮਾਸ਼ਾਅੱਲਾ ਦੋਸਤੋ, ਤੁਸੀਂ ਥਣਾਂ ਦੀ ਵਿਰਲ ਵੇਖ ਸਕਦੇ ਹੋ। ਠੀਕ ਹੈ, ਇਹ ਕੋਈ ਵਪਾਰੀ ਨਹੀਂ ਹੈ, ਘਰ ਦੀ ਝੋਟੀ ਹੈ, ਘਰ ਜੰਮ ਹੈ ਸਾਡੀ, ਘਰ ਜੰਮ ਝੋਟੀ ਹੈ। ਚਲਾ ਥੋੜਾ ਟੋਰ ਕੇ ਵਹਾ। ਇਸ ਟਾਈਮ ਹਾਜ਼ਰ ਮੌਕੇ ਜਿਹੜਾ ਦੁੱਧ ਕਿੰਨਾ ਕੁ ਹੈ ਇਹਦੇ ਕੋਲ? ਇਹਦਾ ਹਾਜ਼ਰ ਮੌਕੇ ਹੈ 6 ਗੜਵੀਆਂ, 12 ਕਿਲੋ ਹਾਜ਼ਰ ਮੌਕੇ ਮੌਜੂਦ ਹੈ। ਤੇ ਕੀ ਉਮੀਦ ਕੀਤੀ ਜਾ ਸਕਦੀ ਹੈ, ਕਿੰਨਾ ਕੁ ਦੁੱਧ ਕਰੇਗੀ? ਹਾਂਜੀ, ਇਹ ਵਿਰਲ ਤੁਸੀਂ ਚੈੱਕ ਕਰ ਸਕਦੇ ਹੋ, ਥਣਾਂ ਦੀ ਵਿਰਲ ਬਿਲਕੁਲ, ਥਣ ਦੇ ਵਿੱਚ ਕੋਈ ਛੱਟਾ ਫਾਰਾ ਨਹੀਂ, ਬਿਲਕੁਲ ਸਾਫ ਇਹ ਕੱਟਾ ਹੈ। ਹਾਂ ਕੱਟਾ ਹੈ। ਕਿੰਨੇ ਦਿਨ ਹੋ ਗਏ ਸੂਈ? ਇਹ ਦੋਸਤੋ ਨਾਲ ਨਾੜਾ ਵੇਖ ਸਕਦੇ ਤੁਸੀਂ, ਪਿੱਛੇ ਕੱਟਾ ਪਿਓਰ ਨੀਲੀ ਦਾ ਕੱਟਾ ਹੈ ਮਾਸ਼ਾਅੱਲਾ ਜੀ। ਅੱਛਾ ਜੀ, ਡਿਟੇਲ ਮੈਂ ਜ਼ਰਾ ਦੱਸ ਦਿਆਂ ਜੀ। ਦੂਸਰਾ ਵਾਰਾ ਸੂਈ ਹੈ, ਹਾਜ਼ਰ ਟਾਈਮ ਜਿਹੜਾ ਇਹਦੇ ਕੋਲ ਦੁੱਧ ਦੇ ਮੌਜੂਦਾ ਜਿਹੜਾ ਗੜਵੀਆਂ ਮਾਰ ਕੇ ਚਵਾ ਕੇ ਦੇ ਸਕਦੇ ਨੇ, ਉਹ 6 ਕਿਲੋ, ਦੋਵਾਂ ਟਾਈਮਾਂ ਦਾ 12 ਕਿਲੋ। ਅਗਰ ਕੋਈ ਦੋਸਤ ਨੂੰ ਖੁਰਾਕ ਦੇਗਾ ਤੇ 16-17 ਕਿਲੋ ਕਰੇਗੀ ਇਨਸ਼ਾਅੱਲਾ। ਕੋਈ ਦੋਸਤੋ ਇਹਦੇ 'ਚ ਝੂਠ ਨਹੀਂ, ਕੋਈ ਫਰਾਡ ਨਹੀਂ, ਜਿਹੜੀ ਗੱਲ ਹੈ ਸਿੱਧੀ ਅਤੇ ਘਰ ਦੀ ਝੋਟੀ ਹੈ ਦੋਸਤੋ। ਬਕਾਇਆ ਮੁੱਲ ਦੋਵਾਂ ਦਾ ਇਕੱਠਾ ਹੀ ਕਰਨਾ ਜੇ? ਹਾਂ ਇਕੱਠਾ। ਚਲੋ ਜੀ, ਅੱਗੇ ਵਹਾਨੇ ਤੁਹਾਨੂੰ ਦੂਸਰੇ ਨੰਬਰ 'ਤੇ ਝੋਟੀ। ਇੱਕ ਵਾਰੀ ਇਹਦੀ ਤਸੱਲੀ ਕਰ ਲਓ ਦੋਸਤੋ। ਮਾਸ਼ਾਅੱਲਾ ਥਣਾਂ ਦੀ ਵਿਰਲ ਤੁਸੀਂ ਚੱਕ ਕਰ ਸਕਦੇ ਹੋ, ਧੁੰਨੀ ਕੋਲੀ ਦਾ ਬਿਲਕੁਲ ਨਿਸ਼ਾਨ ਕੋ ਨਹੀਂ, ਬੜੀ ਹੀ ਖੂਬਸੂਰਤ ਵਾਈਟ ਅੱਖਾਂ ਨੇ ਦੋਸਤੋ। ਚੂਰ ਕੁੰਡਾ ਸਿੰਘ ਹੈ ਬਿਲਕੁਲ, ਤੁਸੀਂ ਤਸੱਲੀਆਂ ਕਰ ਸਕਦੇ ਹੋ, ਸਾਡਾ ਕੰਮ ਹੈ ਤਸੱਲੀਆਂ ਕਰਵਾਉਣਾ, ਦੋਸਤਾਂ ਦਾ ਕੰਮ ਹੈ ਜਾਨਵਰ ਵੇਖ ਕੇ ਅਤੇ ਖਰੀਦਣਾ। ਲੋਕੇਸ਼ਨ ਇਹਨਾਂ ਦੀ ਬਣਦੀ ਹੈ ਜੀ, ਤਹਿਸੀਲ ਆਰਫ ਵਾਲਾ, ਚੱਕ ਨੰਬਰ 77EB। ਕੋਈ ਵੀ ਦੋਸਤ ਡਾਇਰੈਕਟ ਮਾਲਕਾਂ ਨਾਲ ਰਾਬਤਾ ਕਰਕੇ ਅਤੇ ਖਰੀਦ ਸਕਦਾ। ਅੱਗੇ ਜੀ ਦੂਸਰੇ ਨੰਬਰ 'ਤੇ, ਮੱਝ ਥੋੜ੍ਹੀ ਜਿਹੀ ਕੈਮਰੇ ਤੋਂ ਡਰਦੀ ਹੈ ਮੇਰਾ ਖਿਆਲ ਹੈ। ਇਹ ਬਾਬਾ ਜੀ ਕਿੰਨਵਾਂ ਵਾਰਾ ਸੂਈ ਜੇ? ਇਹ ਵੀ ਦੂਸਰਾ ਸੂਈ ਹੈ ਮਾਸ਼ਾਅੱਲਾ, ਕਾਲੀ ਸਿਆਹ, ਕਾਲੀਆਂ ਅੱਖਾਂ,
ਪੂਛਲ ਦੇ ਥੋੜੇ ਵਾਲ ਸਫੈਦ ਨੇ, ਮਾਸ਼ਾਅੱਲਾ ਸੋਹਣਾ ਟੇਢੀ ਵਾਲਾ ਜਿਹਨੂੰ ਥਣ ਕੇ ਆ ਜਾਂਦਾ ਉਹ ਲੱਗਿਆ ਹੋਇਆ। ਕੈਮਰੇ ਤੋਂ ਥੋੜਾ ਡਰਦੀ ਪਈ ਦੋਸਤੋ, ਬਕਾਇਆ ਚੱਲਣ ਫਿਰਨ ਤੁਹਾਨੂੰ ਚੈੱਕ ਕਰਵਾ ਦਿੰਦੇ ਹਾਂ। ਅੱਛਾ, ਇਹ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਨੇ ਜੀ? ਇੱਕ ਦਿਨ ਪਹਿਲੇ ਸੂਈ, 4 ਦਿਨ ਹੋ ਗਏ ਨੇ ਸੂਈ ਨੂੰ। ਇਹਦੇ ਪਿੱਛੇ ਕੀ ਹੈ? ਕੱਟੀ ਮਾਸ਼ਾਅੱਲਾ ਸੋਹਣਾ ਝੋਟਾ ਪਵਾਇਆ, 5 ਕਲਿਆਣ ਕੱਟੀ ਹੈ ਮਾਸ਼ਾਅੱਲਾ ਦੋਸਤੋ, ਮਾਸ਼ਾਅੱਲਾ 5 ਕਲਿਆਣ ਕੱਟੀ ਬੜੀ ਖੂਬਸੂਰਤ। ਅੱਗੇ ਲੈ ਕੇ ਆ ਯਾਰ, ਅੱਗੇ ਲੈ ਕੇ ਆ। ਮਾਸ਼ਾਅੱਲਾ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ, ਮੁੱਛ ਬੱਗੀ, ਠੀਕ ਹੈ, ਚਾਰੇ ਖੁਰ ਧੋਤੇ ਹੋਏ ਨੇ ਮਾਸ਼ਾਅੱਲਾ, ਬੜੀ ਖੂਬਸੂਰਤ ਅਤੇ ਬੜੀ ਐਕਟਿਵ ਬਿੱਲੀ, ਬਿੱਲੀ ਬੋਲੀ ਜਿਹਨੂੰ ਕਿਹਾ ਜਾਂਦਾ ਉਹ ਕੱਟੀ ਹੈ ਦੋਸਤੋ, ਚੈੱਕ ਕਰ ਸਕਦੇ ਹੋ ਤੁਸੀਂ। ਅੱਛਾ ਜੀ, ਬਾਬਾ ਜੀ ਇਹਦੇ ਕੋਲ ਦੁੱਧ ਕਿੰਨਾ ਹੈ ਯਾਰ? ਛੱਡ ਤੋਰ ਕੇ ਵਾਹ ਥੋੜ੍ਹਾ ਜਿਹਾ, ਮੈਨੂੰ ਮਾਰੇ ਨਾ ਵੇਖਿਆ ਜੇ, ਨਹੀਂ ਮਾਰਦੀ, ਡਰਦੀ ਪਈ ਹੈ ਨਾ ਮੇਰੇ ਕੋਲੋਂ, ਇਹ ਵੇਖੋ ਦੋਸਤੋ, ਥੋੜ੍ਹਾ ਮੇਰੇ ਕੋਲ ਡਰਦੀ ਪਈ ਵੀ ਕਿਧਰੇ ਡਾਕਟਰ ਤਾਂ ਨਹੀਂ ਆਇਆ ਫਿਰਦਾ। ਬਕਾਇਆ ਚੱਲਣ ਫਿਰ ਤੁਸੀਂ ਮਾਸ਼ਾਅੱਲਾ ਝੋਟੀ ਦਾ ਚੈੱਕ ਕਰ ਸਕਦੇ ਹੋ, ਥੋੜ੍ਹਾ ਦੂਰੋਂ ਖੜੋ ਕੇ ਮੈਂ ਬਣਾ ਰਿਹਾ ਵੀਡੀਓ ਦੋਸਤੋ। ਬਕਾਇਆ ਥਣਾਂ ਦੀ ਵਿਰਲ ਹਰ ਚੀਜ਼ ਤੁਹਾਨੂੰ ਖੁਰਲੀ 'ਤੇ ਕਰਕੇ ਵਹਾਉਂਦੇ ਹਾਂ। ਚੱਲਣ ਫਿਰ ਤੁਸੀਂ ਚੈੱਕ ਕਰ ਲਿਆ, ਇਹ ਕੱਟੀ ਗਏ ਦੋਸਤੋ ਪਿੱਛੇ, ਜੋੜਾ ਤੁਹਾਡਾ ਮੱਝਾਂ ਦਾ ਵਿਖਾ ਦਿੱਤਾ ਹੈ, ਰਾਬਤਾ ਨੰਬਰ ਤੁਹਾਡਾ ਦੇ ਦਿੱਤਾ ਹੈ, ਰਾਬਤਾ ਨੰਬਰ ਇੱਕ ਵਾਰੀ ਫਿਰ ਮੈਨੂੰ ਦੱਸਣਾ ਉੱਚੀ ਆਵਾਜ਼ 'ਚ, ਆਪਾਂ ਦੁਬਾਰਾ ਦੇ ਦਈਏ, 0303-9858-4770 ਇਹ ਬਾਬਾ ਜੀ ਦਾ ਨੰਬਰ ਹੈ, ਵਟਸਐਪ ਨੰਬਰ ਵੀ ਆਪਦਾ ਬੋਲ ਦਿਓ ਵਿੱਚ, 0317-74-53-257 ਸਾਡਾ ਜਿਹੜਾ ਨੰਬਰ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਲੱਗਿਆ ਹੋਇਆ ਦੋਸਤੋ। ਹੁਣ ਕਰਦੇ ਹਾਂ ਬਾਬੇ ਨਾਲ ਇਹਦੇ ਰੇਟ ਦੀਆਂ ਗੱਲਾਂ, ਬਾਬਾ ਜੀ ਪਿਆਰ ਮੁਹੱਬਤ ਵਾਲੀ ਗੱਲ ਕਰਨੀ ਹੈ, ਪਿਆਰ ਮੁਹੱਬਤ ਵਾਲੀ ਅਸੀਂ 7 ਤੋਂ ਘੱਟ ਨਹੀਂ ਚਾਹੀਦੇ, 7 ਲੱਖ ਜੋੜੇ ਦਾ ਤੁਸੀਂ ਮੰਗਿਆ, ਇਹਦੇ 'ਚ ਕੋਈ ਥੋੜ੍ਹਾ ਬਹੁਤਾ ਪਿਆਰ ਮੁਹੱਬਤ ਕਿਸੇ ਦੋਸਤ ਆਏ ਨਾਲ ਉਹ ਕਰ ਲਾਂਗੇ ਕਦੋਂ ਆਵਾਂ, ਠੀਕ ਹੈ ਦੋਸਤੋ। ਜਾਨਵਰ ਤੁਹਾਨੂੰ ਦਿਖਾ ਦਿੱਤੇ ਨੇ, ਦੋ ਜਾਨਵਰ ਨੇ, ਦੋਨੇ ਦੂਸਰਾ ਵਾਰਾ ਡਿਲੀਵਰ ਕੀਤੇ ਹੋਏ ਨੇ, ਇੱਕ ਦੇ ਪਿੱਛੇ ਕੱਟੀ, ਇੱਕ ਦੇ ਪਿੱਛੇ ਕੱਟਾ ਦੋਸਤੋ। ਅਗਰ ਕਿਸੇ ਵੀ ਦੋਸਤ ਨੂੰ ਪਸੰਦ ਆਉਣ, ਰਾਬਤਾ ਨੰਬਰ ਤੁਹਾਨੂੰ ਦੇ ਛੱਡਿਆ, ਬਕਾਇਆ ਇਨਸ਼ਾਅੱਲਾ 7 ਲੱਖ ਇਹਨਾਂ ਨੇ ਡਿਮਾਂਡ ਕੀਤੀ ਹੈ, ਜੋ ਵੀ ਪਿਆਰ ਮੁਹੱਬਤ ਹੋਇਆ, ਝਗੜਾ ਹੋਇਆ ਉਹ ਦੋਸਤ ਖੁਦ ਆ ਕੇ ਕਰਨਗੇ, ਠੀਕ ਹੈ ਦੋਸਤੋ। ਅਗਲੀ ਵੀਡੀਓ ਤੱਕ ਆਪਣੇ ਮੇਜ਼ਬਾਨ ਨੂੰ ਦਿਓ ਇਜਾਜ਼ਤ, ਮਿਲਾਂਗੇ ਇੱਕ ਨਵੀਂ ਅਤੇ ਬਿਹਤਰੀਨ ਵੀਡੀਓ ਦੇ ਵਿੱਚ, ਅੱਲਾ ਹਾਫਿਜ਼।